ਆ ਦੋਸਤੋ ਮੁਲ ਹਾਜ਼ਰ ਹੋਏ ਹਾਂ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਵਿਸ਼ੇਸ਼ ਅੱਜ ਦਾ ਲਾਈਵ ਲੈ ਕੇ ਮੇਰੇ ਨਾਲ ਨੇ ਡਾਕਟਰ ਭੁਪਿੰਦਰ ਸਿੰਘ ਪੂਨੀਆ ਔਰ ਡਾਕਟਰ ਅਵਤਾਰ ਸਿੰਘ ਟੀਨਾ। ਡਾਕਟਰ ਟੀਨਾ ਜੀ, ਅੱਜ ਦੀ ਤਰੀਕ ਦੇ ਵਿੱਚ ਤੁਸੀਂ ਖੇਡਾਂ ਦੇ ਨਾਲ ਜੁੜੇ ਹੋਏ ਹੋ, ਅੱਜ ਇੱਥੇ 5K ਵੀ ਸ਼ੁਰੂ ਕੀਤੀ, ਔਰ ਕਿਹੜੀਆਂ ਘਾਟਾਂ ਕਮਜ਼ੋਰੀਆਂ ਨੇ, ਕਿੱਥੇ ਆ ਕੇ ਮਾਰ ਖਾਧੀ ਜਾਂਦੀ ਹੈ ਦੂਜੀਆਂ ਖੇਡਾਂ ਦੀ ਕਿ ਜਿਹੜੀਆਂ ਉਹ ਉਤਸ਼ਾਹਤ ਨਹੀਂ ਹੁੰਦੀਆਂ, ਕਿੱਥੇ ਆ ਕੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਮਾਰ ਖਾ ਜਾਂਦੀ ਹੈ ਕਿ ਪੰਜਾਬ ਦੇ ਵਿੱਚੋਂ ਖਿਡਾਰੀ ਕਦੇ ਅਰਜਨ ਅਵਾਰਡੀ ਮੁੱਕਦੇ ਨਹੀਂ ਸੀ, ਅੱਜ ਅਰਜਨ ਅਵਾਰਡੀ ਕੋਈ ਪੈਦਾ ਨਹੀਂ ਹੁੰਦਾ। ਮੈਂ ਪਹਿਲਾਂ ਵੀ ਇਹਦਾ ਜਵਾਬ ਦੇਣ ਲੱਗਾ ਸੀਗਾ ਕਿ ਇਸ ਤਰ੍ਹਾਂ ਕਿ ਦੇਖੋ, ਹੁਣ ਮੈਂ ਡੈਂਟਿਸਟਰੀ ਕੀਤੀ, ਮੇਰਾ ਇੱਕ ਫਿਊਚਰ ਹੈ, ਮੈਨੂੰ ਪਤਾ ਕਿ ਮੈਂ ਸਾਰੀ ਉਮਰ ਇਹ ਤੋਂ ਕਮਾਈ ਕਰਨੀ ਹੈ। ਜਿਹੜਾ ਐਥਲੀਟ ਹੈ, ਜਿਹੜਾ ਸਿੰਪਲ ਐਥਲੀਟ ਹੈ, ਉਹ ਥੋੜ੍ਹਾ ਬਹੁਤ ਕਰਕੇ ਠੀਕ ਹੈ, ਬਹੁਤ ਨਾਚ ਕਰ ਲਏਗਾ ਤਾਂ ਬਾਅਦ 'ਚ ਫਿਊਚਰ ਤੱਕ ਉਹਨੂੰ ਨਜ਼ਰ ਨਹੀਂ ਆਉਂਦਾ। ਜੇ ਹੁਣ ਕ੍ਰਿਕਟ ਹੈ, ਕ੍ਰਿਕਟ ਦੇ ਵਿੱਚ ਤੁਹਾਨੂੰ ਕਿਸੇ ਨੂੰ ਪੜ੍ਹਾਉਣ ਦੀ ਲੋੜ ਨਹੀਂ, ਕਿਸੇ ਕਾਲਜ ਦੀ ਲੋੜ ਨਹੀਂ, ਬੱਚੇ ਆਪ ਹੀ ਉਹਨਾਂ ਇੰਨਾ ਸ਼ੌਕ ਹੁੰਦਾ ਕਿ ਜੇ ਕ੍ਰਿਕਟ 'ਚ ਕਿਤੇ ਅੱਗੇ ਲੰਘ ਜਾਣ ਤਾਂ ਉਹ ਮਿਲੀਅਨੇਅਰ ਬਣ ਜਾਣਗੇ। ਸੋ ਜਿੱਥੇ ਕੋਈ ਫਿਊਚਰ ਕਿਸੇ ਨੂੰ ਨਜ਼ਰ ਆਉਂਦਾ, ਉੱਥੇ ਉਹ ਪ੍ਰੋਡਕਟ ਤਿਆਰ ਹੋ ਜਾਂਦਾ, ਆਪਣੇ ਆਪ ਤਿਆਰ ਹੋ ਜਾਂਦਾ। ਸੋ ਇਹੀ ਸਾਡੀ ਕਮਜ਼ੋਰੀ ਹੈ ਕਿ ਅਜੇ ਅਸੀਂ ਜਿਹੜੀਆਂ ਸਪੋਰਟਸ ਨੂੰ ਉਸ ਲੈਵਲ 'ਤੇ ਨਹੀਂ ਲੈ ਕੇ ਜਾ ਸਕੇ ਜਿੱਥੇ ਉਹ ਆਪਣਾ ਫਿਊਚਰ ਬਣਾ ਸਕਣ। ਜਿੱਦਾਂ ਹੁਣ ਕ੍ਰਿਕਟ ਦੀ ਗੱਲ ਕਰ ਰਿਹਾ ਸੀਗਾ, ਬਾਕੀ ਹਾਕੀ ਦੇ ਵਿੱਚ ਪਲੇਅਰ ਵੀ ਕੁਛ ਨਾ ਕੁਛ ਬਣ ਜਾਂਦੇ ਨੇ, ਉਹ ਪੁਲਿਸ ਵਗੈਰਾ ਚਲੇ ਜਾਂਦੇ ਨੇ, ਜਿਹੜੇ ਆਮ ਛੋਟੀ ਛੋਟੀ ਗੇਮਸ ਵਾਲੇ ਨੇ ਉਹ ਕਬੱਡੀ ਵਾਲੇ ਵਗੈਰਾ, ਉਹ ਵੀ ਉੱਥੇ ਪੁਲਿਸ 'ਚ ਰਹਿ ਜਾਂਦੇ ਨੇ, ਇਸ ਤੋਂ ਅਗਾਂਹ ਕੁਛ ਨਹੀਂ ਉਹਨਾਂ ਦਾ ਫਿਊਚਰ ਹੈਗਾ। ਇਹ ਕਮਜ਼ੋਰੀ ਹੈ, ਚਲੇ ਜਾਣ ਪਰ ਮਸਲਾ ਇਸ ਗੱਲ ਦਾ ਕਿ ਅਸੀਂ ਉਸ ਖੇਡ ਨੂੰ ਹੀ ਨਹੀਂ ਕਿਸੇ ਉੱਪਰਲੇ ਪਾਸੇ ਲੈ ਕੇ ਜਾ ਸਕੇ, ਕੁਛ ਨਹੀਂ ਕੀਤਾ। ਮੁਫਤ ਦੀ ਮਤਲਬ ਭੁੱਖ ਦੀਆਂ ਗੋਲੀਆਂ ਅਸੀਂ ਪਾ ਰਹੇ ਹਾਂ ਜੀ, ਅਸੀਂ ਓਲੰਪਿਕ ਦੇ ਵਿੱਚ ਕਬੱਡੀ ਲੈ ਜਾਣੀ ਹੈ, ਫਲਾਨਾ ਲੈ ਜਾਣੀ ਆ, ਅਜੇ ਤੱਕ ਤੁਸੀਂ ਭਾਰਤ ਦੀ ਨੈਸ਼ਨਲ ਗੇਮ ਦੇ ਵਿੱਚ ਤਾਂ ਪ੍ਰਵੇਸ਼ ਨਹੀਂ ਕਰਾ ਸਕੇ। ਮਤਲਬ ਸਰਕਾਰਾਂ ਲੋਕਾਂ ਨੂੰ ਬੁੱਧੂ ਬਣਾਉਣ ਦੇ ਉੱਤੇ ਲੱਗੀਆਂ ਹੋਈਆਂ ਨੇ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਪੁੱਛਾਂਗਾ, ਜਿਹੜੇ ਵਿਦੇਸ਼ੀ ਹੈ ਉਹ ਪਿੰਡ ਪੱਧਰ ਦੇ ਉੱਤੇ, ਜਿਵੇਂ ਤੁਸੀਂ ਕਿਹਾ ਕਿ ਹਰਿਆਣੇ ਦੇ ਵਿੱਚ ਵੀ ਤਾਂ ਲੋਕਾਂ ਨੇ ਪਿੰਡ ਪੱਧਰ ਦੇ ਉੱਤੇ ਇਹ ਉਪਰਾਲੇ ਕੀਤੇ ਤਾਂ ਉੱਥੇ ਅੱਜ 22 ਮੈਡਲ ਆ ਗਏ। ਅੱਜ ਪੰਜਾਬ ਦਾ ਦੁਖਾਂਤ ਹੈ, ਪਰ ਪੰਜਾਬ ਦੇ ਦੁਖਾਂਤ ਦੇ ਵਿੱਚ ਪ੍ਰਵਾਸੀ ਜਿਹੜੇ ਲੋਕ ਹੈ ਉਹਨਾਂ ਨੂੰ ਕੋਈ ਨਾ ਕੋਈ ਹੰਭਲਾ ਮਾਰਨਾ ਪਏਗਾ। ਕਿਸ ਤਰ੍ਹਾਂ ਦਾ ਹੰਭਲਾ ਮਾਰਿਆ ਜਾਵੇ ਜਿਹੜਾ ਪਿੰਡਾਂ ਦੇ ਵਿੱਚੋਂ ਸਪੋਰਟਸਮੈਨ ਪੈਦਾ ਕੀਤੇ ਜਾਣ, ਇਹ ਵਿਦੇਸ਼ੀ ਲੋਕ ਕੀ ਕਰ ਸਕਦੇ ਆ? ਮੈਂ ਕਈ ਵਾਰ ਸੋਚਦਾ ਹੁੰਦਾ ਕਿ ਵਿਦੇਸ਼ੀ ਨੇ ਜਿਹੜੇ, ਮੇਰੇ ਹਿਸਾਬ ਦੇ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਅੱਜ ਕੱਲ੍ਹ ਬੜੀਆਂ, ਜੇ ਸੋਚਿਆ ਜਾਵੇ। ਕਿਉਂਕਿ ਜਿੰਨੇ ਵਿਦੇਸ਼ੀ ਨੇ, ਜਿਵੇਂ ਜਿੰਨੀ ਵੀ ਪੜ੍ਹਾਈ ਕਰਕੇ ਆਏ ਨੇ ਉਹ ਪੰਜਾਬ ਤੋਂ ਕਰਕੇ ਆਏ ਨੇ, ਆਪਾਂ ਉਹ ਮਾਡਰਨ ਆ ਕਹੀਏ, ਉਹਨਾਂ ਆਪਣੀ ਬੇਸਿਕ ਕੁਆਲੀਫਿਕੇਸ਼ਨ, ਕੋਈ ਇੰਜੀਨੀਅਰ ਹੈ, ਡਾਕਟਰ ਹੈ ਜਾਂ ਕੋਈ ਪ੍ਰੋਫੈਸਰ ਹੈ, ਇੱਥੋਂ ਉੱਥੇ ਪੜ੍ਹ ਕੇ ਆਏ ਨੇ, ਇੱਥੇ ਆ ਕੇ ਐਜੂਕੇਸ਼ਨ ਇੰਪਰੂਵ ਕਰ ਲਈ ਅਤੇ ਚੰਗੀਆਂ ਪੋਸਟਾਂ 'ਤੇ ਚਲੇ ਗਏ। ਪਰ ਉਹਨਾਂ ਦਾ ਫਰਜ਼ ਇਹ ਬਣਦਾ ਵੀ ਜਿੰਨਾ ਅਸੀਂ ਪੰਜਾਬ ਤੋਂ ਕੱਟਿਆ, ਕਮ ਸੇ ਕਮ ਕੁਝ ਰਿਟਰਨ ਤਾਂ ਦਈਏ ਉਸਨੂੰ। ਰਿਟਰਨ ਇਸ ਤਰੀਕਾ ਦੇ ਸਕਦੇ ਨੇ ਕਿ ਆਪਣਾ ਪਿੰਡ ਜਾਂ ਆਪਣਾ ਸ਼ਹਿਰ ਜਾਂ ਸਕੂਲ ਜਿੱਥੇ ਪੜ੍ਹ ਕੇ ਆਏ ਨੇ, ਜਦੋਂ ਵੀ ਜਾਂਦੇ ਨੇ ਉੱਥੇ, ਉੱਥੇ ਉਹ ਆਪਣੇ ਟੇਸਟ ਨੂੰ, ਇਹ ਆਪਣੇ ਜਿਹੜਾ ਸ਼ੌਕ ਹੈ ਉਸ ਨੂੰ ਪੂਰਾ ਕਰਨ ਵਾਸਤੇ ਆਪਣੇ ਉਸ ਏਰੀਏ ਦੇ ਵਿੱਚ ਕੋਈ ਨਾ ਕੋਈ ਮਿਲ ਕੇ ਫੈਸਿਲਿਟੀ ਜ਼ਰੂਰ ਕ੍ਰੀਏਟ ਕਰਨ, ਜਿਵੇਂ ਆਪਾਂ ਖੇਡਾਂ ਦੀਆਂ ਕਰਦੇ ਹਾਂ। ਜੇ ਉਹਨਾਂ ਨੂੰ ਇਹ ਸ਼ੌਕ ਹੈ ਆਪਣੇ ਸਕੂਲ ਦੇ ਵਿੱਚ ਜਿੱਥੇ ਪੜ੍ਹ ਕੇ ਜਾਂ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹ ਕਾਫੀ ਮਦਦ ਕਰ ਸਕਦੇ, ਮੈਂ ਖੇਡਾਂ ਵਾਸਤੇ ਆਹ ਚੀਜ਼ਾਂ ਦੇਣੀਆਂ ਨੇ। ਔਰ ਮੈਂ ਕਹੂੰਗਾ ਜੇ ਪਿੰਡ ਦੇ ਵਿੱਚ NRI ਜਾ ਕੇ ਉੱਥੇ ਕਰਾਉਂਦਾ, ਪਿੰਡ ਦੇ ਵਿੱਚ ਉਹ ਬਹੁਤ ਸ਼ੌਕ ਨਾਲ ਬੱਚੇ ਆਉਣਗੇ। ਕਿਸੇ ਪੰਚਾਇਤ ਨਾਲ ਲੈ ਕੇ ਇਹ ਜਿਹਾ ਹੰਬੜਾ ਮਾਰਨਾ ਚਾਹੀਦਾ, ਕਿਉਂਕਿ ਮੈਂ ਇਹ ਹੁਣ ਵੀ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਟੈਲੈਂਟ ਦਾ ਕੋਈ ਘਾਟਾ ਨਹੀਂ। ਪਰ ਮਸਲਾ ਇਸ ਗੱਲ ਦਾ ਨਹੀਂ, NRI ਜਾਂਦੇ ਨੇ ਉੱਥੇ ਵੱਡੇ ਵੱਡੇ ਕਬੱਡੀ ਦੇ ਟੂਰਨਾਮੈਂਟ ਕਰਾਉਂਦੇ ਨੇ, ਜਦੋਂ ਕਬੱਡੀ ਦਾ ਟੂਰਨਾਮੈਂਟ ਖੋ ਕੇ ਹਟਦੇ ਸਵੇਰ ਨੂੰ, ਰਾਤ ਨੂੰ ਲਾਲ ਬੱਤੀਆਂ ਵਾਲੇ ਮੰਤਰੀਆਂ ਦੀ ਭੀੜ, ਉਹਦੇ ਘਰ ਦੇ NRI ਜਿਹਨੇ 5-7-10 ਲੱਖ ਰੁਪਈਆ ਖਰਚਿਆ ਹੁੰਦਾ, ਉਹ ਲਾਲ ਬੱਤੀਆਂ ਵਾਲੀ ਭੀੜ ਜਿਹੜੀ ਹੈ ਮੰਤਰੀਆਂ ਅਤੇ ਵਜ਼ੀਰਾਂ ਦੀ ਅਤੇ ਅਫਸਰਾਂ ਦੀ ਹੁੰਦੀ ਹੈ, ਅਤੇ ਸਵੇਰ ਨੂੰ 4 ਵਜੇ ਤੋਂ ਲੈ ਕੇ ਅਤੇ 8 ਵਜੇ ਤੱਕ ਜਦੋਂ ਫਾਟਕ ਨਹੀਂ ਖੁੱਲ੍ਹਦਾ, ਅਤੇ ਉਹਦੇ ਘਰ ਦੇ ਮੂਹਰੇ ਇੱਕ ਅਵਾਰਾ ਕੁੱਤਿਆਂ ਦੀ ਭੀੜ ਹੁੰਦੀ ਹੈ, ਕਿਉਂਕਿ ਰਾਤ ਨੂੰ ਜਿਹੜੀਆਂ ਹੱਡੀਆਂ ਚਰੂੰਡੀਆਂ ਹੁੰਦੀਆਂ, ਦਾਰੂ ਪੀਤੀ ਹੁੰਦੀ ਹੈ, ਜਸ਼ਨ ਮਨਾਏ ਹੁੰਦੇ ਆ, ਉਹਨੂੰ ਸਵੇਰੇ ਕੁੱਤੇ ਉਹਦੀ ਰਾਖੀ ਕਰਦੇ ਆ ਆ ਕੇ। ਮਸਲਾ ਇਸ ਗੱਲ ਦਾ ਕਿ ਕੰਸੈਪਟ ਜਿਹੜੇ ਉੱਥੇ ਲੈ ਕੇ ਜਾਂਦੇ ਨੇ ਉਹਨਾਂ ਦੇ ਵੀ ਦਿਲ ਦੇ ਵਿੱਚ ਇਹ ਕੰਸੈਪਟ ਨਹੀਂ ਹੈ, ਇਹ ਨਹੀਂ ਹੋਣਾ ਚਾਹੀਦਾ, ਸਿਰਫ ਪਿੰਡ ਪੱਧਰ ਦੇ ਉੱਤੇ ਪਿੰਡ ਨੂੰ ਅਡਾਪਸ਼ਨ ਹੋਣੀ ਚਾਹੀਦੀ ਹੈ। ਮੈਂ ਸਮਝਾਂਗਾ ਕੀ ਵਿਚਾਰ ਨੇ ਜਦੋਂ ਗੌਰਮੈਂਟ ਦੀ ਉਹਦੇ ਵਿੱਚ ਇੰਟਰਫੇਰੈਂਸ ਹੋ ਜਾਂਦੀ ਹੈ, ਅਤੇ ਉਦੋਂ ਉਹ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਕਰ ਸਕਦੇ। ਜੀ ਜੀ ਜੀ, ਤੁਹਾਡਾ ਕੀ ਵਿਚਾਰ? ਇਹ ਮੈਂ ਕਹੂੰਗਾ, ਜਿਹੜੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਜਿਹੜੇ NRI ਜਾਂਦੇ ਨੇ, ਜੇ ਉਹਨਾਂ ਦਾ ਸ਼ੌਕ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਹੰਬੜਾ ਮਾਰ ਕੇ ਪਿੰਡ ਦੇ ਵਿੱਚ ਪੰਚਾਇਤ ਨਾਲ ਲੈ ਕੇ ਆਪਣੇ ਪਿੰਡਾਂ ਵਿੱਚ ਗੇਮ ਸ਼ੁਰੂ ਕਰਨੀ ਚਾਹੀਦੀ। ਜਿਹੜੀ ਤੁਸੀਂ ਕੀਤੀ ਹੈ ਗੱਲ ਕਬੱਡੀ ਵਾਲੀ ਜਾਂ ਦੂਸਰੀ, ਔਰ ਮੈਂ ਕਹੂੰਗਾ ਜਿਹੜੀ ਕਬੱਡੀ ਕਰਾਈ ਹੈ ਕਈ ਜਗ੍ਹਾ ਜਾ ਕੇ, ਇਹਦਾ ਸਾਡਾ ਉਲਟਾ ਅਸਰ ਪੈ ਰਿਹਾ। ਦੁਨੀਆ ਇਹ ਕਹਿਣ ਲੱਗੀ ਕਿ ਕਬੱਡੀ ਕਬੱਡੀ ਵਾਸਤੇ ਨਹੀਂ ਸੀਗੀ, ਇਹ ਤਾਂ ਸਿਰਫ
कोई बिजनेस कर रहे थे, करोड़ों रुपया दूरी बना रहे थे, किसी किसी के ना इधर उधर इमेज इस तरीके ना खराब हो रहा। ये अच्छा फिर फर्ज को तुम एक गेम नू कर रहे हो, उस गेम का के फ्यूचर भी देख लो ना। सर्कल स्टाइल कबड्डी है हजे तक नैशनल दे विच नहीं हो रही, और जे इंटरवर्सी दे विच हुंदी है बहुत थोड़ियां टीमां, किन्नियां यूनिवर्सिटी ने टीमां 8 या 9 हुंदियां ने, उहदी रिकग्निशन नहीं है। आपां एशिया दे दूसरी च किवें गल कर सकते हैं, जे इन्ने सालां तो आपां कही जावे कबड्डी नूं लै जांगे, एफर्ट कोई नहीं हो रही, आपां उत्थे ही बैठे हाँ ते साल बीत रहे ने। जिहड़ी गेमी गेम तुहाडी चल रही है उसनूं आपां उपर लैके जाओ, और जिहड़े बच्चे आ रहे नूं कोई किस पासे लाओ, जिन्हां नूं आपां जाके ड्रग दे सिरके इंजैक्शन लवा के उहनूं आपां कबड्डी खिला लांगे, वो तो थोड़े चिर वास्ते होंगे, थोड़े बाद खत्म हो जाऊगा। इस करके रील जे और जे फर्ज करो मैं मानता लाल बत्तियां वाले आउंदे ने, पर लाल बत्तियां आउंदे ने इहदे नाल साडा, मैं कहूँगा साडी बदकिस्मती है पंजाब दी भी जिहड़े साडे दे उपर राज करदे ने उन्हां नूं अब ध्यान नहीं है कि साडा यूथ कित्थे जा रहा है। इस वेले यूथ का इन्ना माड़ा हाल है कि उन्हूं कोई देखण वाला नहीं है, स्कूलों कॉलेजों फैसिलिटी नहीं है, उपर कहते पैसे नहीं है, स्कूल कोई देखने वाला नहीं, गेमों अगर पार्टीसपेट नहीं कर सकते, रिजल्ट आपको मिल गया कॉमनवेल्थ के अगे आ रही ने एशियन गेम्स वो देख लो पंजाब के किन्ने खोण कुछ भी नहीं होना। डॉक्टर साहब तुम 5 साल आर्मी के बतौर कैप्टन लाए ने, सिविल जॉब का आनंद आया कि आर्मी की जॉब का आनंद आया, की डिफरेंस लगे? क्वेश्चन तो बहुत वधिया, पर मैं माड़ा करता ही नहीं, फर्क मैं तो लगता आपां नूं लैना नहीं चाहिए क्योंकि इट्स टोटली डिफरेंट। जे आर्मी चल रही है सिर्फ डिसिप्लिन ते चल रही है, जे उन्हूं कोई ऑर्डर इशू हो गया उन्हूं प्रॉपरली एग्जीक्यूट उस वेले हुंदा। इत्थे तां सिविल दे विच गल्लां होई जांदियां ने, गल्लां बहुत वड्डी, अजकल माइक दे उपर झूठ ही बोली जांदे सवेर तो शाम तक, जिहड़ा भी लीडर उपरों लगे थले तक कोई गल, ग्राउंड ते कोई इंप्लीमेंट नहीं। आर्मी दे डिसिप्लिन दा काम हुंदा है उन्हूं ऑर्डर करना, एग्जीक्यूट हुंदा है, और जद इह चीज़ां हुंदियां तां ही अगे जाके आपां नूं रिजल्ट वधिया मिलदे ने। और जे तो मैं कई बार ये भी सोचा जे कितें यूथ नूं बाकी मुल्कां वांगू 2 या 3 साल वास्ते उन्हां नूं आर्मी दे विच कंपलसरी मिलिट्री ट्रेनिंग कर देवे, यू दे विच जमीन आसमान दा फर्क जो। ये बहुत वधिया सवाल, ये बहुत वधिया गल है, जिवें हुण है इजराइल दे विच, इजराइल दे एवरीबडी चाहे मुंडा है चाहे कुड़ी है उन्हूं मिलिट्री ट्रेनिंग है, जे कल नूं लड़ाई हुंदी है हर बंदे नूं पता है मैं कित्थे जाणा कित्थे जाके अपना काम करना। और मैं कहूँगा जे कि यह गल हो जाए तो किस चीज़ का घाटा नहीं, जरूर स्टेट उपर पंजाब उपर जा सकता है। डॉक्टर चीना जी विदेशी लोगों के हमले बारे थोड़ा की कहना? देखो असीं जिन्ने असीं बाहर बैठे हैं साडा बड़ा दिल करता कि पंजाब की यूथ अगे आए कुछ करे, पर उही गल उत्थे जद तक गवर्नमेंट साडा साथ नहीं दे असीं कल्ले उत्थे जाके कुछ भी नहीं कर सकते। ਜਾਂ ਤਾਂ ਕੁਛ ਉੱਥੇ ਕੀ ਹੁੰਦਾ ਜਿਸ ਤਰ੍ਹਾਂ ਇੱਥੇ ਜਿਹੜੀਆਂ ਯੂਨੀਵਰਸਿਟੀਜ਼ ਨੇ ਇੰਡੀਪੈਂਡੈਂਟ ਨੇ, ਜੇ ਉਸ ਤਰ੍ਹਾਂ ਦੇ ਕੁਛ ਹੋਵੇ ਤਾਂ ਤੁਸੀਂ ਕੁਛ ਜਾ ਕੇ ਮਤਲਬ ਕਿ ਗੌਰਮੈਂਟ ਦੀ ਇੰਟਰਫੇਰੈਂਸ ਤੋਂ ਬਿਨਾਂ ਕੁਛ ਕਰ ਸਕਦੇ ਹੋ, ਉੱਥੇ ਕੋਈ ਕੰਮ ਇਹੋ ਜਿਹਾ ਨਹੀਂ ਤੁਸੀਂ ਕਰ ਸਕਦੇ ਜਿਹੜਾ ਗੌਰਮੈਂਟ ਦੀ ਹੈਲਪ ਤੋਂ ਬਿਨਾਂ ਕੁਛ ਹੋ ਸਕਦਾ ਹੋਵੇ। ਸੋ ਉੱਥੇ ਆ ਕੇ ਅਸੀਂ ਜਾਂਦੇ ਹਾਂ ਜਾ ਕੇ ਆਪਣੇ ਟਰਾਈ ਕਰ ਰਹੇ ਨੇ, ਆਪਣਾ ਦਿਲ ਖੁਸ਼ ਕਰ ਰਹੇ ਨੇ, ਪਰ ਉਹਦਾ ਰਿਜ਼ਲਟ ਕੁਛ ਨਹੀਂ ਹੈ ਜੀ। ਅਤੇ ਤੁਸੀਂ ਡਾਕਟਰ ਸਾਹਿਬ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਢੰਗ ਦੇ ਨਾਲ ਪ੍ਰਵਾਸੀ ਯੋਗਦਾਨ ਪਾਉਣ, ਕੋਈ ਤਰੀਕਾ ਹੱਲ ਦੱਸੋ ਸਾਨੂੰ? ਮੇਰੇ ਹਿਸਾਬ ਨਾਲ ਮੈਂ ਤਾਂ ਇਹੀ ਚਾਹੁੰਦਾ ਵੀ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਵਿੱਚ ਮਿਸ਼ਨਰੀ ਜ਼ੀਲ ਜਿਹਨੂੰ ਕਹਿੰਦੇ ਆਪਾਂ ਉਹ ਹੋਣੀ ਚਾਹੀਦੀ ਹੈ ਵੀ ਮੈਂ ਤਾਂ ਆਪਣੇ ਪਿੰਡ ਨੂੰ ਆ ਕੇ ਇੰਨਾ ਕੁਛ ਕਰਨਾ ਹੀ ਕਰਨਾ ਹੈ, ਆਪਣੇ ਸਕੂਲ ਦੇ ਵਿੱਚ ਜਾਂ ਕਾਲਜ ਜਿਸ ਮੈਂ ਪੜ੍ਹ ਕੇ ਆਇਆ MA ਕੀਤੀ ਹੈ ਜੋ ਕੁਛ ਵੀ ਹੈ ਉਹਦੇ ਮੈਂ ਕਰਨਾ ਹੀ ਹੈ, ਉੱਥੇ ਆਪ ਮਿਲ ਕੇ ਇੰਚਾਰਜ ਨੂੰ ਸਪੋਰਟਸ ਵਾਲੇ ਨਾਲ ਮਿਲ ਕੇ ਉਹ ਕੋਈ ਨਾ ਕੋਈ ਚੀਜ਼ ਪ੍ਰੋਗਰਾਮ ਸ਼ੁਰੂ ਕਰ ਸਕਦੇ ਨੇ, ਔਰ ਉੱਥੇ ਜੇ ਠੀਕ ਸਮਝ ਕਲੱਬ ਬਣਾ ਕੇ ਐਸੋਸੀਏਸ਼ਨ ਬਣਾ ਕੇ ਜੇ ਫਾਈਨੈਂਸ਼ੀਅਲ ਹੈਲਪ ਨੂੰ ਕੰਟਰੋਲ ਕਰਨ ਐਸੋਸੀਏਸ਼ਨ ਕੰਟਰੋਲ ਕਰ ਲਈ ਇਕੱਲਾ ਬੰਦਾ ਨਾ ਕਰੇ, ਉੱਥੇ ਫੈਸਿਲਿਟੀਜ਼ ਬੱਚਿਆਂ ਵਾਸਤੇ ਨਵੀਆਂ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ, ਅਤੇ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਅੱਗੇ ਆਉਂਦੇ ਨੇ ਉਹਨਾਂ ਨੂੰ ਕੁਛ ਨਾ ਕੁਛ ਇਨਸੈਂਟਿਵ ਵੀ ਦਿੱਤੇ ਜਾ ਸਕਦੇ ਨੇ ਕਿ ਜੇ ਤੁਸੀਂ ਪੁਜੀਸ਼ਨ ਲੈ ਕੇ ਆਵਾਂਗੇ ਅਸੀਂ ਆਹ ਤੁਹਾਨੂੰ ਇਸ ਤਰੀਕੇ ਨਾਲ ਓਨਰ ਕਰਾਂਗੇ, ਔਰ ਉਹਦੇ ਨਾਲ ਜ਼ਰੂਰ ਫਰਕ ਪਊਗਾ। ਔਰ ਮੈਂ ਇਹ ਕਹਿੰਦਾ ਕਿ ਇੱਕ ਜਿਹੜੇ NRIs ਨੇ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਫੋਰਸ ਹੈ, ਸਾਨੂੰ ਵੀ ਅਸੀਂ ਜੇ ਪੰਜਾਬ 'ਚ ਰਹਿੰਦੇ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਇਹਨਾਂ ਨਾਲ ਮਿਲ ਕੇ ਇਹਨਾਂ ਦੀ ਮਦਦ ਕਰੀਏ, ਹੈਲਪ ਕਰੀਏ ਤਾਂ ਕਿ ਪੰਜਾਬ ਨੂੰ ਆਪਾਂ ਉੱਪਰ ਲੈ ਕੇ ਚੱਲੀਏ। ਸਿਚੁਏਸ਼ਨ ਜਿਹੜੀ ਮਾੜੀ ਕਿਸਮਤ ਉਹੀ ਆਉਂਦੀ ਵੀ ਅੱਜ ਕੱਲ੍ਹ ਜਿਹੜੀਆਂ ਗਵਰਨਮੈਂਟਾਂ ਨੇ ਉਹ ਇਹਨਾਂ ਵੱਲ ਉਹਨਾਂ ਇੰਟਰਸਟ ਹੀ ਨਹੀਂ ਹੈ, ਉਹਨੂੰ ਪਤਾ ਨਹੀਂ ਕੀ ਹੋ ਰਿਹਾ ਕੀ ਕਰ ਰਹੇ ਨੇ, ਇਸ ਕਰਕੇ ਸਾਡਾ ਇਹ ਇੰਨਾ ਮਾੜਾ ਹਾਲ ਹੈ। ਜੇ ਉਹ ਸ਼ੌਕ ਲੈਣ
ਤਾਂ ਕੋਈ ਚੀਜ਼ ਔਖੀ ਨਹੀਂ ਹੈ। ਪੰਜਾਬ ਦੇ ਵਿੱਚ ਹੁਣ ਵੀ ਰਿਜ਼ਲਟ ਵਧੀਆ ਮਿਲ ਸਕਦੇ ਨੇ। ਜੀ 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 ਡਾਕਟਰ ਭੁਪਿੰਦਰ ਸਿੰਘ ਪੂਨੀਆ ਔਰ ਡਾਕਟਰ ਅਵਤਾਰ ਸਿੰਘ ਟੀਨਾ ਜੀ, ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਸਟੂਡੀਓ ਦੇ ਵਿੱਚ ਆਏ। ਯਾਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਮੈਨੂੰ ਜਦੋਂ ਕੋਈ ਚੰਗੀ ਪਰਸਨੈਲਿਟੀ ਆਉਂਦੀ ਮੇਰਾ ਬੜਾ ਦਿਲ ਕਰਦਾ ਕਿ ਮੈਂ ਇੱਥੇ ਲੈ ਕੇ ਆਵਾਂ, ਇਹ ਮੈਨੂੰ ਮਿਲੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਟਾਈਮ ਦਿੰਦੇ ਹੋ, ਪਰ ਮੈਨੂੰ ਵੀ ਚੰਗਾ ਲੱਗਦਾ ਕਿ ਇਹੋ ਜਿਹੇ ਪਰਸਨੈਲਿਟੀ ਇੱਥੇ ਆਉਣ, ਸਾਡੇ ਜਿਹੜੇ ਲੋਕ ਇੱਥੇ ਦੇਖਣ ਕਿ ਇਹਨਾਂ ਨੂੰ ਵੀ ਹੌਸਲਾ ਮਿਲਦਾ ਬੱਚਿਆਂ ਨੂੰ। ਤੁਹਾਡਾ ਬਹੁਤ ਬਹੁਤ ਥੈਂਕ ਯੂ ਡਾਕਟਰ ਸਾਹਿਬ, ਡਾਕਟਰ ਟੀਨਾ ਜੀ ਔਰ ਡਾਕਟਰ ਪੂਨੀਆ ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਰਫ ਇੰਨਾ ਹੀ। ਕੋਈ ਸਵਾਲ ਹੋਵੇ ਈਮੇਲ myriad@justbroadcasting.com or info@justbroadcasting.com। ਸੋ ਮਿਲਦੇ ਹਾਂ ਥੋੜ੍ਹੀ ਦੇਰ ਤੱਕ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਇਜਾਜ਼ਤ ਦਿਓ, ਰੱਬ ਰਾਖਾ। ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।